ਚਾਰ ਤਸਵੀਰਾਂ ਤੁਹਾਨੂੰ ਵਿਖਾਵਾਂਗੇ ਪੰਜਾਬ 'ਚ ਚਾਰ ਤਸਵੀਰਾਂ ਕਿਵੇਂ ਵੇਖਣ ਨੂੰ ਮਿਲੀਆਂ ਨੇ। ਦਿੱਲੀ 'ਚ ਭਗਤ ਰਵਿਦਾਸ ਜੀ ਦਾ ਮੰਦਿਰ ਤੋੜਿਆ ਗਿਆ, ਉਸ ਤੋਂ ਮਗਰੋਂ ਪੰਜਾਬ 'ਚ ਹਾਲਾਤ ਕੀ ਬਣੇ ਨੇ। ਪੰਜਾਬ 'ਚ ਰਵਿਦਾਸ ਭਾਈਚਾਰੇ ਨੇ ਪ੍ਰਦਰਸ਼ਨ ਕੀਤਾ ਹਰ ਥਾਈ ਅਤੇ ਕੇਂਦਰ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ। ਬਠਿੰਡਾ ਅਤੇ ਜਲੰਧਰ 'ਚ ਤੁਸੀਂ ਵੇਖ ਸਕਦੇ ਰੋਡ ਜਾਮ ਕੀਤਾ ਗਿਆ, ਨਾਅਰੇਬਾਜ਼ੀ ਕੀਤੀ ਗਈ ਹੈ ਅਤੇ ਦਿੱਲੀ 'ਚ ਭਗਤ ਰਾਮ ਰਵਿਦਾਸ ਜੀ ਦਾ ਜਿਹੜਾ ਮੰਦਿਰ ਹੈ ਤੋੜਨ ਤੋਂ ਖਫਾ ਇਹ ਲੋਕ ਨਜ਼ਰ ਆ ਰਹੇ ਨੇ। ਬਠਿੰਡਾ, ਨਕੋਦਰ, ਜਲੰਧਰ, ਪਟਿਆਲਾ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ, ਅੱਜ ਵੀ ਐਵੇਂ ਦਾ ਹੀ ਮਾਹੌਲ ਨਜ਼ਰ ਆ ਰਿਹਾ ਅਤੇ ਲਗਾਤਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਪਟਿਆਲਾ, ਜਲੰਧਰ, ਬਠਿੰਡਾ, ਨਕੋਦਰ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ, ਕੇਂਦਰ ਸਰਕਾਰ ਖਿਲਾਫ਼ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਲਗਾਤਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਰਵਿਦਾਸ ਜੀ ਦਾ ਮੰਦਿਰ ਜਿਹੜਾ ਹੈ ਤੋੜਿਆ ਗਿਆ ਸੀ, ਜਿਸਦੇ ਖਿਲਾਫ਼ ਇਹ ਰਵਿਦਾਸ ਜੀ ਭਾਈਚਾਰਾ ਮੌਕੇ 'ਤੇ ਖਲੋਤਾ ਨਜ਼ਰ ਆਇਆ, ਨਾਅਰੇਬਾਜ਼ੀ ਕੀਤੀ ਹੈ, ਸੜਕਾਂ ਨੂੰ ਜਾਮ ਕੀਤਾ ਹੈ ਅਤੇ ਇਹਨਾਂ ਨੇ ਮੰਗਾਂ ਕੀਤੀ ਹੈ ਕਿ ਮੰਦਿਰ ਜਿਹੜਾ ਹੈ ਮੁੜ ਫੇਰ ਤੋਂ ਬਣਾਇਆ ਜਾਵੇ ਜਿਵੇਂ ਕਿ ਪਹਿਲਾਂ ਸੀ। ਸੁਪਰੀਮ ਕੋਰਟ ਨੇ ਆਦੇਸ਼ ਦਿੱਤੇ ਸੀ, ਜਿਸ ਤੋਂ ਮਗਰੋਂ ਫਿਲਹਾਲ ਪ੍ਰਸ਼ਾਸਨ ਦਾ ਇਹ ਪੀਲਾ ਪੰਜਾ ਚੱਲਿਆ ਸੀ। ਲੋਕਾਂ ਨੇ ਤੁਸੀਂ ਵੇਖ ਸਕਦੇ ਹੋ ਕਿਵੇਂ ਰੋਡ ਜਾਮ ਕੀਤਾ ਹੈ, ਨਾਅਰੇਬਾਜ਼ੀ ਕੀਤੀ। ਪਟਿਆਲਾ, ਜਲੰਧਰ, ਬਠਿੰਡਾ ਅਤੇ ਨਕੋਦਰ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ, ਚਾਰੇ ਪਾਸੇ ਫਿਲਹਾਲ ਧਰਨਾ ਹੀ ਧਰਨਾ ਨਜ਼ਰ ਆ ਰਿਹਾ। ਬਠਿੰਡਾ ਅਤੇ ਜਲੰਧਰ 'ਚ ਰੋਡ ਜਾਮ ਕੀਤਾ ਗਿਆ, ਸਾਫ਼ ਤੌਰ 'ਤੇ ਤਸਵੀਰਾਂ ਤੁਸੀਂ ਵੇਖਿਆ, ਚਾਰ ਤਸਵੀਰਾਂ ਤੁਸੀਂ ਵੇਖੀਆਂ ਨੇ। ਸਾਡੇ ਪੱਤਰਕਾਰ ਵੀ ਸਾਡੇ ਨਾਲ ਜੁੜ ਚੁੱਕੇ ਨੇ, ਅਵਿਨਾਸ਼ ਕੰਬੋਜ, ਅੱਜ ਕਿਵੇਂ ਦਾ ਵਿਰੋਧ ਪ੍ਰਦਰਸ਼ਨ ਵੇਖਣ ਨੂੰ ਮਿਲਿਆ ਅਤੇ ਕਿਵੇਂ ਦੀਆਂ ਤਸਵੀਰਾਂ ਵਿਖਾ ਰਹੇ ਹੋ? ਅਮਰ, ਗੱਲ ਕਰੀਏ ਤਾਂ ਪਟਿਆਲਾ ਦੇ ਬੱਸ ਸਟੈਂਡ 'ਤੇ ਜਿਹੜੇ ਰਵਿਦਾਸ ਸਮਾਜ ਦੇ ਲੋਕ ਸੀ, ਉਹਨਾਂ ਵੱਲੋਂ ਰੋਡ ਜਾਮ ਕਰਕੇ ਧਰਨਾ ਪ੍ਰਦਰਸ਼ਨ ਦਿੱਤਾ ਗਿਆ। ਕਿਤੇ ਨਾ ਕਿਤੇ ਮੋਦੀ ਸਰਕਾਰ ਦੇ ਖਿਲਾਫ਼ ਵੀ ਮੁਰਦਾਬਾਦ ਦੇ ਨਾਅਰੇਬਾਜ਼ੀ ਕੀਤੀ ਗਈ। ਉੱਥੇ ਹੀ ਰਵਿਦਾਸ ਸਮਾਜ ਦੇ ਲੋਕਾਂ ਨੇ ਚੇਤਾਵਨੀ ਦਿੱਤੀ ਹੈ, ਜੇ ਉਹਨਾਂ ਦੇ ਗੁਰੂ ਮਹਾਰਾਜ ਦਾ ਮੰਦਿਰ ਠੀਕ ਠਾਕ ਨਾ ਹੋਇਆ ਜਾਂ ਮੰਦਿਰ ਨਾਲ ਛੇੜਛਾੜ ਹੋਈ ਤਾਂ ਇਹ ਸੰਘਰਸ਼ ਹੋਰ ਜ਼ਿਆਦਾ ਤਿੱਖਾ ਹੋਊਗਾ। ਕਿਤੇ ਨਾ ਕਿਤੇ ਉਹਨਾਂ ਨੇ ਐਲਾਨ ਕੀਤਾ ਕਿ ਆਉਣ ਵਾਲੇ ਸਮੇਂ 'ਚ ਇਸ ਤੋਂ ਵੀ ਵੱਡਾ ਤਿੱਖਾ ਸੰਘਰਸ਼ ਕਰਨ ਦੀ ਜਿਹੜੀ ਚੇਤਾਵਨੀ ਹੈ ਰਵਿਦਾਸ ਸਮਾਜ ਦੇ ਲੋਕਾਂ ਨੇ ਦਿੱਤੀ ਹੈ। ਧਰਨਾ ਲਾਇਆ, ਇਹਨਾਂ ਨੇ ਰੋਡ ਵੀ ਜਾਮ ਕੀਤਾ ਹੈ, ਲੋਕਾਂ ਨੂੰ ਕਿਵੇਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਵਿਨਾਸ਼? ਅਮਰ, ਗੱਲ ਕਰੀਏ ਤਾਂ ਜਿਹੜੇ ਰਾਹ ਚੱਲਦੇ ਲੋਕ ਸੀਗੇ ਜਾਂ ਕਿ ਟ੍ਰੈਫਿਕ ਦੀ ਜਿਹੜੀ ਸਮੱਸਿਆ ਕਾਫੀ ਦੇਖਣ ਨੂੰ ਮਿਲੀ ਹੈ ਕਿ ਇੱਕ ਘੰਟੇ ਦੇ ਕਈ ਕਰੀਬ ਜਿਹੜਾ ਹੈਗਾ ਰੋਡ ਜਾਮ ਰਿਹਾ ਅਤੇ ਕਾਫੀ ਪਰੇਸ਼ਾਨੀ ਜਿਹੜੇ ਮੁਸਾਫਿਰ ਸੀ, ਜਿਹੜੇ ਦੂਰ ਜਾਣ ਵਾਲੇ ਲੋਕ ਸੀ, ਯਾਨੀ ਕਿ ਮੇਨ ਹਾਈਵੇ ਸੀ ਪਟਿਆਲਾ ਦੇ ਬੱਸ ਸਟੈਂਡ ਤੋਂ ਲੈ ਕੇ ਚੰਡੀਗੜ੍ਹ ਤੱਕ ਦਾ ਜਿਹੜਾ ਹਾਈਵੇ ਹੈਗਾ ਉਹਦਾ ਰੋਡ ਜਾਮ ਰਿਹਾ ਇੱਕ ਘੰਟਾ, ਕਾਫੀ ਪਰੇਸ਼ਾਨੀ ਆਈ ਲੋਕਾਂ ਨੂੰ। ਲੇਕਿਨ ਕਿਤੇ ਨਾ ਕਿਤੇ ਧਾਰਮਿਕ ਸਥਲ ਨੂੰ ਦੇਖਦੇ ਹੋਏ ਲੋਕ ਇਹਨਾਂ ਦੇ ਨਾਲ ਸੀਗੇ, ਉਹਨਾਂ ਦਾ ਕਹਿਣਾ ਸੀਗਾ ਕਿ ਸਰਕਾਰ ਨੂੰ ਕਿਸੇ ਵੀ ਮੰਦਿਰ ਜਾਂ ਕਿਸੇ ਨਾਲ ਵੀ ਛੇੜਛਾੜ ਨਹੀਂ ਕਰਨੀ ਚਾਹੀਦੀ ਕਿਸੇ ਵੀ ਧਾਰਮਿਕ ਸਥਲ ਦੇ ਨਾਲ। ਪ੍ਰਸ਼ਾਸਨ ਦਾ ਕੀ ਕੁਛ ਕਹਿਣਾ ਹੈ ਪੂਰੇ ਮੌਕੇ 'ਤੇ ਪਹੁੰਚਿਆ ਪ੍ਰਸ਼ਾਸਨ, ਕੀ ਕੁਛ ਦਿਲਾਸਾ ਦਿੱਤਾ ਗਿਆ? ਅਮਰ, ਪਹੁੰਚੇ ਸੀਗੇ ਮੌਕੇ 'ਤੇ, ਉਹਨਾਂ ਨਾਲ ਗੱਲਬਾਤ ਕਰਕੇ ਜਿਹੜੇ ਧਰਨਾ ਪ੍ਰਦਰਸ਼ਨ ਸੀ ਅਤੇ ਰੋਡ ਜਾਮ ਸੀ ਉਹ ਖੁਲਵਾ ਪਾਏਗਾ। ਕਿਤੇ ਨਾ ਲੋਕ ਉਹਨਾਂ ਦਾ ਸਾਫ਼ ਤੌਰ 'ਤੇ ਇੱਕ ਚੇਤਾਵਨੀ ਦਿੱਤੀ ਹੈ, ਆਉਣ ਵਾਲੇ ਸਮੇਂ 'ਚ ਇਹ ਸੰਘਰਸ਼ ਹੋਰ ਤੇਜ਼ ਹੋਊਗਾ ਜੇ ਸਰਕਾਰ ਨੇ ਆਪਣਾ ਰਵੱਈਆ ਸਹੀ ਨਾ ਕੀਤਾ। ਠੀਕ ਹੈ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਅਵਿਨਾਸ਼ ਕੁੰਬੋ ਸਾਨੂੰ ਦੱਸ ਰਹੇ ਸਾਹ ਕਿਵੇਂ ਦਾ ਪੂਰਾ ਮਾਹੌਲ ਸੀ। ਚਾਰ ਤਸਵੀਰਾਂ ਮੁੜ ਫੇੜ ਤੋਂ ਤੁਹਾਨੂੰ ਵਿਖਾਉਂਦੇ ਹਾਂ, ਪਟਿਆਲਾ, ਜਲੰਧਰ ਅਤੇ ਬਠਿੰਡਾ ਅਤੇ ਨਕੋਦਰ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਅਤੇ ਚਾਰੇ ਥਾਈਂ ਫਿਲਹਾਲ ਨਾਅਰੇਬਾਜ਼ੀ ਕੀਤੀ ਗਈ ਅਤੇ ਜੰਮ ਕੇ ਰੌਲਾ ਪਾਇਆ ਗਿਆ।
ਸੁਪਰੀਮ ਕੋਰਟ ਦੇ ਹੁਕਮਾਂ ਤੋਂ ਮਗਰੋਂ ਫਿਲਹਾਲ ਇਹ ਫਰਮਾਨ ਜਾਰੀ ਹੋਇਆ ਸੀ ਕਿ ਪੀਲਾ ਪੰਜਾ ਚਲਾਇਆ ਜਾਵੇ। ਮੰਦਰ ਨੂੰ ਢਾਉਣ ਦਾ ਕੰਮ ਕੀਤਾ ਗਿਆ ਹੈ। ਰਵਿਦਾਸ ਭਾਈਚਾਰੇ ਨੇ ਫਿਰ ਸੜਕਾਂ 'ਤੇ ਉਤਰ ਕੇ ਪ੍ਰਦਰਸ਼ਨ ਕੀਤਾ। ਕੱਲ੍ਹ ਵੀ ਖਾਸਾ ਰੌਲਾ ਪੈਂਦਾ ਨਜ਼ਰ ਆਇਆ ਅਤੇ ਸੜਕਾਂ ਨੂੰ ਜਾਮ ਕੀਤਾ ਗਿਆ, ਨਾਅਰੇਬਾਜ਼ੀ ਕੀਤੀ ਗਈ ਅਤੇ ਆਮ ਮੁਸਾਫਿਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜਲੰਧਰ ਤੋਂ ਵਿਨੋਦ ਸੱਭਰਵਾਲ ਸਾਡੇ ਨਾਲ ਜੁੜੇ ਨੇ। ਵਿਨੋਦ, ਅੱਜ ਕਿਵੇਂ ਦਾ ਦਿਨ ਰਿਹਾ ਹੈ ਅਤੇ ਨਾਅਰੇਬਾਜ਼ੀ ਵੇਖਣ ਨੂੰ ਮਿਲੀ ਹੈ, ਰੋਡ ਜਾਮ ਰਹੇ ਨੇ, ਬਠਿੰਡਾ ਅਤੇ ਜਲੰਧਰ ਦੀ ਗੱਲ ਕਰੀਏ ਤਾਂ ਕਾਫੀ ਵਿਵਸਥਾਵਾਂ ਖਰਾਬ ਨਜ਼ਰ ਆਈਆਂ? ਜੀ ਬਿਲਕੁਲ, ਅੱਜ ਸਵੇਰ ਤੇ ਜਿਹੜਾ ਹੈ ਸ੍ਰੀ ਗੁਰੂ ਰਵਿਦਾਸ ਸਮੁਦਾਇ ਦੇ ਜਿਹੜੇ ਲੋਕ ਸੀ ਉਹਨਾਂ ਨੇ ਸ੍ਰੀ ਗੁਰੂ ਰਵਿਦਾਸ ਚੌਂਕ ਹੈ ਜਿਹੜਾ ਉੱਥੇ ਜਾਮ ਲਾ ਦਿੱਤਾ ਗਿਆ ਸੀ। ਸਾਰੇ ਜਿਹੜੇ ਰਸਤੇ ਉਹ ਬੰਦ ਕਰ ਦਿੱਤੇ ਗਏ ਸਨ। ਉਸ ਤੋਂ ਬਾਅਦ ਜਿਹੜਾ ਹੈ ਉਹਨਾਂ ਨੇ ਉੱਥੇ ਬੈਠ ਕੇ ਜਿਹੜਾ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ, ਨਾਅਰੇਬਾਜ਼ੀ ਕੀਤੀ। ਨਾਲ ਲੱਗਦੇ ਨਕੋਦਰ ਚੌਂਕ ਦੇ ਵਿੱਚ ਵੀ ਜਿਹੜੇ ਉਹਨਾਂ ਨੇ ਜਿਹੜੇ ਟੈਗ ਸਾੜ ਕੇ ਜਿਹੜਾ ਪ੍ਰਦਰਸ਼ਨ ਉਗਰ ਪ੍ਰਦਰਸ਼ਨ ਵੀ ਕੀਤਾ ਗਿਆ ਜੀ। ਜੇ ਦੁਆਬੇ ਦੀ ਗੱਲ ਕਰਾਂ ਤਾਂ ਕਾਫੀ ਜ਼ਿਆਦਾ ਵਿਰੋਧ ਇਸ ਕਰਕੇ ਵੀ ਖਾਸ ਹੈ ਕਿਉਂਕਿ ਦਲਿਤ ਭਾਈਚਾਰੇ ਦੇ ਵੱਧ ਤੋਂ ਵੱਧ ਲੋਕ ਇੱਥੇ ਵੇਖਣ ਨੂੰ ਮਿਲਦੇ ਨੇ ਤੇ ਵੋਟ ਬੈਂਕ ਵੀ ਕਾਫੀ ਜ਼ਿਆਦਾ ਇਹਨਾਂ ਦਾ ਹੈਗਾ। ਜੀ ਬਿਲਕੁਲ, ਆਪਾਂ ਜੇ ਗੱਲ ਕਰੀਏ ਤਾਂ ਦੁਆਬੇ ਦੇ ਵਿੱਚ ਜਿਹੜਾ ਹੈ ਸ੍ਰੀ ਗੁਰੂ ਰਵਿਦਾਸ ਭਾਈਚਾਰੇ ਦੇ ਜਿਹੜੇ ਸਮੁਦਾਇ ਦੇ ਲੋਕ ਹੈ ਉਹਨਾਂ ਦੀ ਗਿਣਤੀ ਜ਼ਿਆਦਾ ਹੋਣ ਦੇ ਕਾਰਨ ਜਿਹੜਾ ਹੈ ਇੱਥੇ ਜ਼ਿਆਦਾ ਜਿਹੜਾ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਹੈਗਾ ਹੈ। ਉਸਦੇ ਨਾਲ ਨਾਲ ਮੈਂ ਤੁਹਾਨੂੰ ਦੱਸ ਦਵਾਂ ਹੁਣੇ ਸਰਕਟ ਹਾਊਸ ਦੇ ਵਿੱਚ ਜਿਹੜਾ ਹੈ ਬੀਜੇਪੀ ਦੇ ਜਿਹੜੇ ਪ੍ਰਧਾਨ ਰਹਿ ਚੁੱਕੇ ਵਿਜੇ ਸਾਂਪਲਾ ਨਾਲ ਉਹਨਾਂ ਦੇ ਪਵਨ ਕੁਮਾਰ ਟੀ ਨੂੰ ਤੇ ਹੋਰ ਉਹਨਾਂ ਦੇ ਸਮਰਥਕ ਜਿਹੜੇ ਆ ਉਹ ਵੀ ਮੀਟਿੰਗ ਕਰਨ ਜਾ ਰਹੇ ਆ। ਨਾਲ ਦੀ ਨਾਲ ਹੀ ਜਿਹੜੇ ਕਾਂਗਰਸ ਦੇ MP ਸੰਤੋਖ ਸਿੰਘ ਚੌਧਰੀ ਤੇ ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਤੇ DC ਵਰਿੰਦਰ ਕੁਮਾਰ ਸ਼ਰਮਾ ਵੀ ਜਿਹੜੇ ਆ ਉਹ ਵੀ ਥੋੜੀ ਦੇਰ ਬਾਅਦ ਜਿਹੜੀ ਹੈ ਉਹਨਾਂ ਦੇ ਸਮੁਦਾਇ ਦੇ ਜਿਹੜੇ ਸੰਤ ਹੈਗੇ ਉਹਨਾਂ ਦੇ ਨਾਲ ਮੀਟਿੰਗ ਚੱਲ ਰਹੀ ਹੈ। ਉਹ ਵੀ ਉਸ ਤੋਂ ਬਾਅਦ ਫੈਸਲਾ ਲੈਣਗੇ ਵੀ ਕੀ ਅਗਲਾ ਜਿਹੜਾ ਕੀ ਕਾਰਜਕ੍ਰਮ ਰਹੇਗਾ। ਜਿਸ ਤਰ੍ਹਾਂ ਕਿ ਆਪਾਂ ਗੱਲ ਕੀਤੀ ਸੀ ਪ੍ਰਦਰਸ਼ਨਕਾਰੀਆਂ ਨਾਲ, ਉਹਨਾਂ ਨੇ ਕਿਹਾ ਸੀ ਵੀ ਜਿੰਨੀ ਦੇਰ ਤੱਕ ਸਾਡੀ ਮੰਗ ਨਾ ਪੂਰੀ ਹੋਈ ਤੇ ਨਹੀਂ ਤਾਂ 15 ਅਗਸਤ ਨੂੰ CM ਸਾਹਿਬ ਨੇ ਜਿਹੜਾ ਜਲੰਧਰ ਪਹੁੰਚਣਾ ਹੈ, ਜਲੰਧਰ ਦੇ CM ਕੈਪਟਨ ਅਮਰਿੰਦਰ ਸਿੰਘ ਨੇ, ਉਹਨਾਂ ਦਾ ਵੀ ਵਿਰੋਧ ਕੀਤਾ ਜਾਏਗਾ। ਉਸ ਨੂੰ ਲੈ ਕੇ ਜਿਹੜੀਆਂ ਲਗਾਤਾਰ ਜਲੰਧਰ ਦੇ ਸਰਕਟ ਹਾਊਸ ਦੇ ਵਿੱਚ ਵੀ ਜਿਹੜੀਆਂ ਮੀਟਿੰਗਾਂ ਚੱਲ ਰਹੀਆਂ ਹਨ ਜੀ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਵਿਨੋਦ ਸੱਭਰਵਾਲ ਸਾਡੇ ਪੱਤਰਕਾਰ ਜਲੰਧਰ ਤੋਂ ਜਾਣਕਾਰੀ ਦੇ ਰਹੇ ਨੇ। ਪਟਿਆਲਾ, ਜਲੰਧਰ, ਬਠਿੰਡਾ ਨਕੋਦਰ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿਵੇਂ ਵਿਰੋਧ ਪ੍ਰਦਰਸ਼ਨ ਵੇਖਣ ਨੂੰ ਮਿਲਿਆ।